हेलो गाइस, वेलकम बैक टू माय चैनल। आज आप ये रसगुल्ले बनाना सीखेंगे। स्पॉन्ज वाले रसगुल्ले बहुत इजी ने ते बहुत थोड़े इंग्रेडिएंट्स की लोड़ है, जेड़े सानू हमेशा अपने घर मिल जाने, सानू बाहरों ले आने की लोड़ नहीं। आओ देख देख किस तरीके नाल। एक पैन विच आपां 1 लीटर दूध पा लेना, तो उन्हें बॉयल करके उहदा पनीर कढ लेना। ਸਾਡਾ ਮਿਲਕ ਇੱਥੇ ਬੋਇਲ ਹੋ ਚੁੱਕਾ ਆ। ਹੁਣ ਆਪਾਂ ਇਹਦੇ ਵਿੱਚ 4 ਟੇਬਲ ਸਪੂਨ ਵਿਨੇਗਰ ਦੇ ਪਾਵਾਂਗੇ। ਵਿਨੇਗਰ ਜੇ ਨਹੀਂ ਹੈਗਾ ਸਿਰਕਾ ਮਤਲਬ ਕਿ, ਤਾਂ ਤੁਸੀਂ ਨਿੰਬੂ ਵੀ ਐਡ ਕਰ ਸਕਦੇ ਹੋ। ਕਿਸੇ ਸਾਫ ਕਲੋਥ ਦੇ ਉੱਪਰ ਆਪਾਂ ਇਹਨੂੰ ਸਟ੍ਰੇਨ ਕਰ ਲੈਣਾ। ਸਟ੍ਰੇਨ ਕਰਨ ਤੋਂ ਬਾਅਦ ਆਪਾਂ ਕਲੀਨ ਵਾਟਰ ਨਾਲ ਇਹਨੂੰ ਵਾਸ਼ ਕਰ ਲੈਣਾ, ਤਾਂ ਕਿ ਜਿਹੜਾ ਖੱਟਾਪਨ ਆ ਉਹ ਨਿਕਲ ਜਾਵੇ। ਇਹਦਾ ਪਾਣੀ ਚੰਗੀ ਤਰ੍ਹਾਂ ਸਕੁਈਜ਼ ਕਰ ਲੈਣਾ। ਪਾਣੀ ਸਕੁਈਜ਼ ਕਰਨ ਤੋਂ ਬਾਅਦ ਆਪਾਂ ਇਹਨੂੰ ਹੈਂਗ ਕਰ ਦੇਣਾ, ਟੰਗ ਦੇਣਾ ਕਿਤੇ, ਜਾਂ ਤਾਂ ਕਿ ਸਾਰਾ ਪਾਣੀ ਨਿਕਲ ਜਾਵੇ। 30 ਮਿੰਟ ਲਈ ਹੈਂਗ ਕਰਨਾ। ਹੁਣ ਆਪਾਂ ਚਾਸ਼ਨੀ ਬਣਾਵਾਂਗੇ। ਇੱਕ ਪੈਨ ਵਿੱਚ ਆਪਾਂ 1 ਕੱਪ ਸ਼ੂਗਰ ਦਾ ਲਵਾਂਗੇ ਅਤੇ ਨਾਲ 4 ਕੱਪ ਵਾਟਰ ਦੇ। ਪਤਲੀ ਚਾਸ਼ਨੀ ਬਣਾਉਣੀ ਆਪਾਂ ਅਤੇ 1 ਬੋਇਲ ਆਉਣ ਤੱਕ ਵੇਟ ਕਰਨੀ। ਥਰਟੀ ਮਿੰਟ ਹੋ ਚੁੱਕੀ ਆ। ਹੁਣ ਆਪਾਂ ਪਨੀਰ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲੈਣਾ, ਚੰਗੀ ਤਰ੍ਹਾਂ ਮਸਲ ਕੇ ਇਹਨੂੰ ਚਿਕਨਾ ਕਰ ਲੈਣਾ, ਜਦੋਂ ਤੱਕ ਇਹਦੇ ਪੇੜੇ ਨਾ ਬਣਨ ਲੱਗ ਪੈਣ। ਸੇਮ ਵੇ ਨਾਲ ਜਿਸ ਤਰੀਕੇ ਨਾਲ ਦਿਖਾਇਆ ਗਿਆ ਇੱਦਾਂ ਹੀ ਮਸਾਜ ਕਰ ਲਓ। ਦਸ 15 ਮਿੰਟ ਮੈਸ਼ ਕਰਨ ਤੋਂ ਬਾਅਦ ਆਪਾਂ ਇਸ ਤਰੀਕੇ ਨਾਲ ਉਹਦੇ ਪੇੜੇ ਬਣਾ ਲੈਣੇ ਆ। ਸਾਡੇ ਇੱਥੇ ਸਾਰੇ ਬੋਲਸ ਰੈਡੀ ਹੋ ਚੁੱਕੀ ਆ ਅਤੇ ਸਾਡੀ ਚਾਸ਼ਨੀ ਵੀ ਰੈਡੀ ਹੋ ਚੁੱਕੀ ਆ। ਹੁਣ ਆਪਾਂ ਸਾਰੇ ਬੋਲਸ ਨੂੰ ਚਾਸ਼ਨੀ ਦੇ ਵਿੱਚ ਐਡ ਕਰ ਦੇਣਾ। 20 ਮਿੰਟ ਲਈ ਆਪਾਂ ਕੁੱਕ ਕਰਨਾ ਆ, ਟੋਟਲ 20 ਮਿੰਟ। 5 ਮਿੰਟ ਪਹਿਲਾਂ ਕੁੱਕ ਕਰਨਾ ਤੇਜ਼ ਗੈਸ 'ਤੇ। ਇੱਥੇ 5 ਮਿੰਟ ਲਈ ਆਪਾਂ ਕੁੱਕ ਕਰ ਲਿਆ ਤੇਜ਼ ਗੈਸ 'ਤੇ, ਅਤੇ ਦੇਖ ਸਕਦੇ ਹੋ ਤੁਸੀਂ ਕਿੰਨੇ ਵਧੀਆ ਫੁੱਲ ਚੁੱਕੇ ਆ। ਹੁਣ ਆਪਾਂ 15 ਮਿੰਟ ਹੋਰ ਕੁੱਕ ਕਰਨਾ ਆ ਇਹਨਾਂ ਨੂੰ, ਪਰ ਮੀਡੀਅਮ ਗੈਸ 'ਤੇ। ਇਸ ਵਾਰ ਮੀਡੀਅਮ ਗੈਸ 'ਤੇ ਕੁੱਕ ਕਰਨਾ 15 ਮਿੰਟ ਲਈ। ਸਾਡੇ ਇੱਥੇ ਰਸਗੁੱਲੇ ਰੈਡੀ ਹੋ ਚੁੱਕੇ ਆ। ਹੁਣ ਆਪਾਂ ਇਹਨਾਂ ਨੂੰ ਇੱਕ ਬਾਊਲ ਦੇ ਵਿੱਚ ਕੱਢ ਲੈਣਾ ਅਤੇ ਠੰਡੇ ਕਰ ਲੈਣੇ। ਬਹੁਤ ਚੰਗੀ ਤਰ੍ਹਾਂ ਠੰਡੇ ਕਰਕੇ ਫਿਰ ਇੰਜੋਏ ਕਰ ਸਕਦੇ ਹਾਂ ਇਹਨਾਂ ਨੂੰ ਆਪਾਂ। ਤੁਸੀਂ ਥੋੜ੍ਹੀ ਜਿਹੀ ਚਾਸ਼ਨੀ ਵੀ ਵਿੱਚ ਐਡ ਕਰੋ, ਨਹੀਂ ਤਾਂ ਇਹ ਸੁੱਕ ਸਕਦੇ ਆ, ਹਾਰਡ ਹੋ ਜੂਗੇ। ਠੰਡੇ ਇਹਨਾਂ ਨੂੰ ਬਾਰੀ ਕਰਨਾ, ਫਰਿੱਜ 'ਚ ਨਹੀਂ ਰੱਖਣਾ।
ਤੁਸੀਂ ਦੇਖ ਸਕਦੇ ਹੋ ਕਿੰਨੇ ਸਾਫਟ ਬਣੇ ਹੋਏ ਆ, ਬਹੁਤ ਟੇਸਟੀ ਬਣੇ ਆ, ਬਿਲਕੁਲ ਬਾਜ਼ਾਰੀ ਰਸਗੁੱਲੇ ਵਰਗੇ। ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ। ਥੈਂਕ ਯੂ ਫੋਰ ਵਾਚਿੰਗ। ਨੈਕਸਟ ਵੀਡੀਓ 'ਚ ਮਿਲਾਂਗੇ ਇੱਕ ਨਿਊ ਰੈਸਪੀ ਨਾਲ। ਉਦੋਂ ਤੱਕ ਟੇਕ ਕੇਅਰ, ਸਤਿ ਸ਼੍ਰੀ ਅਕਾਲ, ਬਾਏ ਬਾਏ।